लैसन 2 ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਲੈਸਨ 1 ਦੇ ਵਿੱਚ ਤੁਹਾਨੂੰ ਇਨਸਟਰਕਸ਼ਨਸ ਦੇ ਚੁੱਕੇ ਹਾਂ ਤੁਸੀਂ ਉਸ ਇਨਸਟਰਕਸ਼ਨ ਨੂੰ ਅਗਲੇ ਆਉਣ ਵਾਲੇ ਸਾਰੇ ਲੈਸਨ ਤੇ ਅਪਲਾਈ ਕਰਨਾ ਹੈ। ਅਸੀਂ ਤੁਹਾਨੂੰ ਨਾਲ ਦੀ ਨਾਲ ਫਿਰ ਵੀ ਯਾਦ ਦਿਵਾਉਂਦੇ ਰਵਾਂਗੇ ਕਿ ਲੈਸਨ 1 ਦੇ ਵਿੱਚ ਕੀ ਇਨਸਟਰਕਸ਼ਨ ਸਨ, ਪਰ ਫਿਰ ਵੀ ਅਗਰ ਉਹਨਾਂ ਇਨਸਟਰਕਸ਼ਨ ਵਿੱਚੋਂ ਕੋਈ ਇਨਸਟਰਕਸ਼ਨ ਰਹਿ ਜਾਵੇ ਤਾਂ ਤੁਸੀਂ ਲੈਸਨ 1 ਦੇ ਵਿੱਚ ਜਾ ਕੇ ਉਸ ਇਨਸਟਰਕਸ਼ਨ ਨੂੰ ਪਹਿਲਾਂ ਜ਼ਰੂਰ ਸੁਣਨਾ ਹੈ। ਹੁਣ ਅਸੀਂ ਸ਼ੁਰੂ ਕਰਦੇ ਹਾਂ ਲੈਸਨ 2 ਨੂੰ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਪਿੰਕੀ ਫਿੰਗਰ ਦੇ ਨਾਲ ਅਸੀਂ ਏ ਨੂੰ ਪ੍ਰੈਸ ਕਰਨਾ ਹੈ, ਰਿੰਗ ਫਿੰਗਰ ਦੇ ਨਾਲ ਅਸੀਂ ਐਸ ਨੂੰ ਪ੍ਰੈਸ ਕਰਨਾ ਹੈ, ਮਿਡਲ ਫਿੰਗਰ ਦੇ ਨਾਲ ਅਸੀਂ ਡੀ ਨੂੰ ਪ੍ਰੈਸ ਕਰਨਾ ਹੈ ਅਤੇ ਇੰਡੈਕਸ ਫਿੰਗਰ ਦੇ ਨਾਲ ਅਸੀਂ ਐਫ ਅਤੇ ਜੀ ਨੂੰ ਪ੍ਰੈਸ ਕਰਨਾ ਹੈ। ਇਹਨਾਂ ਅਕਸ਼ਰਾਂ ਨੂੰ ਹਮੇਸ਼ਾ ਅਸੀਂ ਲੈਫਟ ਹੈਂਡ ਨਾਲ ਪ੍ਰੈਸ ਕਰਦੇ ਹਾਂ ਅਤੇ ਇਹਨਾਂ ਅਕਸ਼ਰਾਂ ਨੂੰ ਅਸੀਂ ਹਮੇਸ਼ਾ ਰਾਈਟ ਹੈਂਡ ਨਾਲ ਪ੍ਰੈਸ ਕਰਦੇ ਹਾਂ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਇੰਡੈਕਸ ਫਿੰਗਰ ਦੇ ਨਾਲ ਐਫ ਅਤੇ ਜੀ ਨੂੰ ਪ੍ਰੈਸ ਕਰਨਾ ਹੈ, ਬਿਲਕੁਲ ਉਸੇ ਤਰੀਕੇ ਨਾਲ ਹੀ ਤੁਸੀਂ ਜੇ ਅਤੇ ਐਚ ਨੂੰ ਵੀ ਪ੍ਰੈਸ ਕਰਨਾ ਹੈ। ਪਰ ਫਿਰ ਵੀ ਅਸੀਂ ਤੁਹਾਨੂੰ ਇਸ ਜਗ੍ਹਾ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਏ ਏ ਏ ਐਸ 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 ਡੀ 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 ਐਫ 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 ਦਾ ਲੈਸਨ ਕੰਪਲੀਟ ਕਰਨ ਤੋਂ ਬਾਅਦ ਜੀ 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 ਦਾ ਲੈਸਨ ਪ੍ਰੈਸ ਕਰੋਗੇ ਤਾਂ ਜਸਟ ਤੁਸੀਂ ਐਫ ਇੰਡੈਕਸ ਫਿੰਗਰ ਨੂੰ ਥੋੜ੍ਹਾ ਜਿਹਾ ਲਿਟਲ ਮੂਵ ਦੇ ਕੇ ਜੀ 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 ਨੂੰ ਪ੍ਰੈਸ ਕਰਨਾ ਹੈ ਤਾਂ ਦੁਬਾਰਾ ਤੋਂ ਉਸਨੂੰ ਫਿਰ ਤੋਂ ਐਫ ਵਾਲੇ ਲੈਟਰ 'ਤੇ ਲੈ ਆਉਣਾ ਹੈ। ਬਿਲਕੁਲ ਇਸੇ ਤਰੀਕੇ ਨਾਲ ਹੀ ਰਾਈਟ ਹੈਂਡ ਸਾਈਡ ਤੋਂ ਵੀ ਤੁਸੀਂ ਸੈਮੀਕੋਲਨ ਨੂੰ 4 ਵਾਰੀ ਪ੍ਰੈਸ ਕਰਨ ਤੋਂ ਬਾਅਦ ਐਲ 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 ਨੂੰ ਪ੍ਰੈਸ ਕਰਨ ਤੋਂ ਬਾਅਦ ਕੇ 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 ਨੂੰ ਪ੍ਰੈਸ ਕਰਨ ਤੋਂ ਬਾਅਦ ਜੇ 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 ਨੂੰ ਪ੍ਰੈਸ ਕਰਨ ਤੋਂ ਬਾਅਦ ਜਦੋਂ ਤੁਸੀਂ ਐਚ 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 'ਤੇ ਪਹੁੰਚੋਗੇ ਤਾਂ ਤੁਸੀਂ ਇੰਡੈਕਸ ਫਿੰਗਰ ਨੂੰ ਸਿਰਫ ਲਿਟਲ ਮੂਵ ਦੇਣਾ ਹੈ ਐਚ 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 ਨੂੰ ਪ੍ਰੈਸ ਕਰਨ ਲਈ। ਜਦੋਂ ਤੁਸੀਂ ਐਚ 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 ਨੂੰ ਪ੍ਰੈਸ ਕਰ ਲਵੋਗੇ ਤਾਂ ਉਸ ਤੋਂ ਬਾਅਦ ਦੁਬਾਰਾ ਤੋਂ ਤੁਰੰਤ ਤੁਸੀਂ ਆਪਣੀ ਫਿੰਗਰਸ ਨੂੰ ਜੇ 'ਤੇ ਲੈ ਆਉਣਾ ਹੈ। ਇਸ ਤਰੀਕੇ ਨਾਲ ਤੁਸੀਂ ਰਾਈਟ ਹੈਂਡ ਸਾਈਡ ਦੀਆਂ 4 ਫਿੰਗਰਸ ਨੂੰ ਇਹਨਾਂ 4 ਲੈਟਰਸ 'ਤੇ ਹੀ ਟਿਕਾਈ ਰੱਖਣਾ ਹੈ। ਜਸਟ ਜੇ ਕਿਤੇ ਐਚ ਆਉਂਦਾ ਹੈ ਤਾਂ ਉਸ ਨਾਲ ਉਸਨੂੰ ਲਿਟਲ ਪ੍ਰੈਸ ਕਰ ਦੇਣਾ ਹੈ ਅਤੇ ਲੈਫਟ ਸਾਈਡ ਦੀਆਂ ਏ ਐਸ ਡੀ ਐਫ ਫਿੰਗਰਸ ਨੂੰ ਤੁਸੀਂ ਇਹਨਾਂ 4 ਲੈਟਰਸ 'ਤੇ ਟਿਕਾਈ ਰੱਖਣਾ ਹੈ। ਜੇ ਜੀ ਆਉਂਦਾ ਹੈ ਤਾਂ ਉਸਨੂੰ ਲਿਟਲ ਪ੍ਰੈਸ ਕਰ ਦੇਣਾ ਹੈ। ਹੁਣ ਜੋ ਲੈਸਨ ਅਸੀਂ ਲੈਸਨ 2 ਦੇ ਵਿੱਚ ਦਿੱਤਾ ਹੈ, ਤੁਸੀਂ ਆਪਣੀ ਪਿੰਕੀ ਫਿੰਗਰ ਨਾਲ ਏ ਨੂੰ 4 ਵਾਰੀ ਪ੍ਰੈਸ ਕਰਨਾ ਹੈ, ਇਸ ਨੂੰ ਲਗਾਤਾਰ ਤੁਸੀਂ 5 ਵਾਰੀ ਟੈਪ ਕਰਨਾ ਹੈ, ਫਿਰ ਐਸ ਨੂੰ 4 ਵਾਰੀ ਟੈਪ ਕਰਨਾ ਹੈ, ਇਸ ਨੂੰ ਵੀ ਲਗਾਤਾਰ 5 ਵਾਰੀ ਟੈਪ ਕਰਨਾ ਹੈ। ਇਸ ਤਰੀਕੇ ਨਾਲ ਤੁਸੀਂ ਹਰੇਕ ਸ਼ਬਦ ਨੂੰ ਘੱਟੋ ਘੱਟ 5-5 ਵਾਰੀ ਟੈਪ ਕਰਨਾ ਹੈ ਅਤੇ ਘੱਟੋ ਘੱਟ 100 ਲਾਈਨ ਤੁਸੀਂ ਜ਼ਰੂਰ ਟਾਈਪ ਕਰਨੀ ਹੈ ਅਤੇ ਮਿਨੀਮਮ ਟਾਈਮ ਤੁਸੀਂ 30 ਮਿੰਟ ਜਾਂ 1 ਘੰਟਾ ਪ੍ਰੈਕਟਿਸ ਜ਼ਰੂਰ ਕਰਨੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਅਗਰ ਤੁਸੀਂ ਸੋਚਦੇ ਹੋ ਕਿ ਬਿਨਾਂ ਪ੍ਰੈਕਟਿਸ ਦੇ ਤੁਹਾਨੂੰ ਕੀਬੋਰਡਿੰਗ ਆ ਜਾਵੇ ਤਾਂ ਬਹੁਤ ਮੁਸ਼ਕਿਲ ਹੈ, ਕਿਉਂਕਿ ਅਗਰ ਤੁਸੀਂ ਕਿਸੇ ਵੀ ਚੀਜ਼ ਦਾ ਅਭਿਆਸ ਨਹੀਂ ਕਰੋਗੇ ਤਾਂ ਅਭਿਆਸ ਤੋਂ ਬਗੈਰ ਤੁਸੀਂ ਉਸ ਚੀਜ਼ ਨੂੰ ਨਹੀਂ ਸਿੱਖ ਸਕਦੇ। ਸੋ ਲੈਸਨ 2 ਦੇ ਵਿੱਚ ਦਿੱਤੇ ਗਏ ਲੈਸਨ ਨੂੰ ਚੰਗੇ ਤਰੀਕੇ ਨਾਲ ਉਸਦਾ ਅਭਿਆਸ ਜ਼ਰੂਰ ਕਰੋ। ਸੋ ਇਹ ਸੀ ਲੈਸਨ 2। ਹੁਣ ਚੱਲਦੇ ਹਾਂ ਅਸੀਂ ਲੈਸਨ 3 'ਤੇ।